ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕੌਰ ਸੰਧੂ ਬਲੌਗ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ, ਅੱਜ ਆਪਾਂ ਚੱਲਦੇ ਹਾਂ ਉੱਧਰ ਪਿੰਡ 'ਚ ਹੀ ਜਾਵਾਂਗੇ ਕਿਸੇ ਦੇ ਘਰੇ। ਸਾਡੀ ਪੱਤੀ 'ਚੋਂ ਹੀ ਨੇ ਦੀਦੀ, ਉਹਨਾਂ ਦੇ ਘਰੇ ਪਰਮਾਤਮਾ ਨੇ ਪੋਤਰੇ ਦੀ ਦਾਤ ਬਖਸ਼ੀ ਹੈ। ਅੱਜ ਨਿੰਮ ਮੰਨਿਆ, 7 ਦਿਨਾਂ ਦਾ ਹੋ ਗਿਆ ਉਹ ਮੁੰਡਾ, ਗੁਰਫਤਿਹ ਰੱਖਿਆ ਨਾਮ, ਗੁਰਫਤਿਹ ਸਿੰਘ ਸੰਧੂ। 7 ਦਿਨਾਂ ਦਾ ਹੋ ਗਿਆ ਜੀ, ਅੱਜ ਨਿੰਮ ਮੰਨਿਆ ਹੈ। ਨਿੰਮ ਦੀ ਰਸਮ ਹੈ ਅੱਜ। ਉਹਨਾਂ ਨੇ ਹੁਣ ਤਾਂ 4 ਸਵਾ 4 ਹੋ ਗਏ ਨੇ, ਸਵੇਰੇ ਬੁਲਾਇਆ ਸੀਗਾ ਮੈਨੂੰ। ਨਿੰਮ ਤਾਂ ਸਵੇਰੇ ਬੰਨਤਾ ਹੋਊਗਾ, ਮੈਂ ਤਾਂ ਸਵੇਰੇ ਜਾਇਆ ਨਹੀਂ ਗਿਆ। ਮੇਰੇ ਕੋਲ ਅੱਜ ਮੇਕਅਪ ਸੀਗੇ ਸਵੇਰ ਦੇ, ਮੈਂ ਹੁਣੇ ਆਈ ਸੀਗੀ, ਬਾਹਰ ਦੇ ਮੇਕਅਪ ਸੀਗੇ, ਮੈਂ ਹੁਣੇ ਆਈ ਹਾਂ ਘਰੇ। ਘਰੇ ਆ ਕੇ ਮੈਂ ਪਾਣੀ ਪੂਣੀ ਪੀ ਕੇ, ਚਾਹ ਪੀ ਕੇ, ਮੈਂ ਕਿਹਾ ਚਲੋ ਹੁਣ ਆਪਾਂ ਉੱਧਰ ਜਾਂਦੇ ਹਾਂ ਵੀ ਚੱਲਦੇ ਹਾਂ, ਆਪਾਂ ਤੁਹਾਨੂੰ ਮਿਲਾਵਾਂਗੇ ਉਹਦੇ ਨਾਲ, ਹੈ ਨਾ। ਆਪਾਂ ਨਿੰਮ ਮੰਨਣ ਦੀ ਕਲਿੱਪ ਵੀ ਕੋਈ ਪਾਵਾਂਗੇ, ਜੇ ਹੋਈ ਉਹਨਾਂ ਕੋਲ ਬਣਾਈ ਹੋਈ ਉਹਨਾਂ ਨੇ, ਵਿੱਚ ਪਾ ਦਾਂਗੇ। ਆਪਾਂ ਉੱਧਰ ਚੱਲਦੇ ਹਾਂ, ਹੁਣ ਤੁਹਾਨੂੰ ਮਿਲਾਵਾਂਗੇ ਉੱਥੇ ਉਹਨਾਂ ਨਾਲ। ਆਪਾਂ ਗਿਫਟ ਵੀ ਦੇ ਕੇ ਆਵਾਂਗੇ ਗੁਰਫਤਿਹ ਨੂੰ, ਹੈ ਨਾ, ਸ਼ਗਨ ਵੀ ਦੇ ਕੇ ਆਵਾਂਗੇ। ਹਾਂ, ਮੈਂ ਤਾਂ ਜਾਇਆ ਨਹੀਂ ਗਿਆ, ਮੈਂ ਵੈਸੇ ਹੀ ਸੋਚਦੀ ਸੀਗੀ ਗਿੱਧੇ ਦੀ ਵੀ ਮੈਂ ਜਾ ਕੇ ਆਊਂ। ਬਹੁਤ ਪਿਆਰ ਹੈ ਮੇਰਾ ਉਹਨਾਂ ਨਾਲ, ਪਰਿਵਾਰ ਨਾਲ। ਮੇਰਾ ਸਿਲਾਈ ਸੈਂਟਰ ਖੋਲ੍ਹਿਆ ਹੋਇਆ ਸੀਗਾ ਉੱਥੇ, ਅਤੇ ਹੁਣ ਉਹਨਾਂ ਨੇ ਮੈਨੂੰ ਸਵੇਰੇ ਫੋਨ ਕਰਿਆ ਸੀਗਾ, ਦੀਦੀ ਨੇ ਕੱਲ੍ਹ ਵੀ ਫੋਨ ਆਇਆ ਸੀਗਾ, ਕਹਿੰਦੇ ਸਵੇਰੇ ਤੁਸੀਂ ਜ਼ਰੂਰ ਆਇਓ। ਚਲੋ ਜੀ, ਕਈ ਵਾਰੀ ਹੈ ਨਾ ਡਿੱਕੇ ਫੜਿੱਕੇ ਹੁੰਦੇ ਨੇ, ਆਪਾਂ ਤੋਂ ਨਹੀਂ ਜਾਇਆ ਜਾਂਦਾ। ਦੇਖੋ ਚਲੋ, ਆਪਾਂ ਜਾਵਾਂਗੇ ਜ਼ਰੂਰ, ਉਹੀ ਆਪਾਂ ਹੁਣ ਜਾਇਆ ਆਉਂਦੇ ਹਾਂ। ਜਦੋਂ ਭੈਣ ਭਾਈ ਸਾਦਾ ਹੁੰਦਾ ਜਾਣਾ ਚਾਹੀਦਾ, ਉਹੀ ਆਪਾਂ ਹੁਣ ਜਾ ਕੇ ਆਵਾਂਗੇ ਉਹਨਾਂ ਦੇ ਘਰੇ। ਚਲੋ ਮੈਂ ਚੱਲਦੀ ਹਾਂ, ਤੁਹਾਨੂੰ ਤਾਂ ਪਹਿਲਾਂ ਮੈਂ ਤੁਹਾਨੂੰ ਗਿਫਟ ਦਿਖਾਉਣੀ ਆ ਕੀ ਲੈ ਕੇ ਆਇਆ ਆਪਾਂ ਗੁਰਫਤਿਹ ਵਾਸਤੇ। ਕਈ ਦਿਨ ਹੋ ਗਏ ਮੈਂ ਖਰੀਦ ਕੇ ਲਿਆਈ ਸੀ, ਮੈਂ ਵੈਸੇ ਹੀ ਜਾਣਾ ਸੀਗਾ। ਚਲੋ, ਉਹ ਤਾਂ ਉਹਨਾਂ ਦਾ ਫੋਨ ਆ ਗਿਆ, ਮੈਂ ਕਿਹਾ ਚਲੋ ਅੱਜ ਹੀ ਜਾ ਆਉਂਦੇ ਹਾਂ। ਦੇਖੋ ਜੀ, ਆਪਾਂ ਇਹ ਗਿਫਟ ਲੈ ਕੇ ਆਏ ਸੀਗੇ ਗੁਰਫਤਿਹ ਵਾਸਤੇ। ਛੋਟੀ ਜੀ ਕੌਲੀ ਹੈ ਅਤੇ ਗਲਾਸੀ ਹੈ। ਆਪਾਂ ਪਹੁੰਚ ਗਏ, ਆ ਬੰਨਿਆ ਪਿਆ ਨਿੰਮ ਤਾਂ। ਉਹ ਆਉਂਦੇ ਨੇ ਚਾਚੀ ਜੀ ਤੁਰੇ, ਚੱਲਦੇ ਹਾਂ ਹੁਣ ਆਪਾਂ ਗੁਰਫਤਿਹ ਨੂੰ ਮਿਲਣਾ। ਹੈਂਜੀ, ਗੁਰਫਤਿਹ ਕਿੱਥੇ ਹੈਗਾ, ਕਿੱਥੇ ਗੁਰਫਤਿਹ? ਚਾਚੀ ਜੀ ਸਤਿ ਸ਼੍ਰੀ ਅਕਾਲ। ਚਾਚੀ ਜੀ ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ? ਹਾਂ ਠੀਕ ਆ। ਚੱਕਦਾ ਉਹਨਾਂ ਜਵਨ ਤੂੰ ਗੁਰਫਤਿਹ ਨੂੰ? ਅੱਖਾਂ ਖੋਲਦਾ ਕਦੇ ਕਦੇ। ਰਾਮੀ ਹੈ ਨਾ, ਤੈਨੂੰ ਕੀ, ਤੈਨੂੰ ਕੀ ਕਹਿਤਾ ਇਹਨੇ ਰਾਮੀ ਨੇ? ਤੇਰਾ ਖਰਚਾ ਹੁੰਦਾ ਫਿਰ? ਉਹ ਤੇ ਡੈਡੀ ਦਾ ਮੰਮੀ ਦਾ ਹੁੰਦਾ। ਲੈ ਬਣਾ ਲਈ, ਨੇੜੇ ਜੇ ਲੈ ਕੇ ਦਿਖਾ ਸਾਡਾ ਗੁਰਫਤਿਹ। ਕੈਮਰੇ ਦੇ ਮੂਹਰੇ ਉਂਗਲੀ ਨਾ ਕਰੀ। ਲਓ ਜੀ, ਆਪਾਂ ਨੇ ਚੱਕ ਲਿਆ ਗੁਰਫਤਿਹ, ਹੈ ਨਾ। ਹੁਣ ਸੁੱਤਾ ਪਿਆ ਇਹ, ਸੁੱਤਾ ਪਿਆ ਅੱਜ, ਨਹਾਈਆਂ ਧੋਈਆਂ ਕਰੀਆਂ ਨੇ, ਨਹਾਈਆਂ ਧੋਈਆਂ। ਅਸੀਂ ਲੁਕੋ ਲਾਂਗੇ ਅੰਦਰ, ਅਸੀਂ ਅੱਜ ਭਾਈ ਲੈ ਕੇ ਜਾਵਾਂਗੇ ਚੂਚੇ ਮੁੱਚੇ ਜੇ ਨੂੰ। ਸਾਨੂੰ ਤਾਂ ਬਾਹਲਾ ਵਧੀਆ ਲੱਗਦਾ, ਬਾਹਲਾ ਵਧੀਆ ਲੱਗਦਾ, ਬਾਹਲਾ ਵਧੀਆ ਲੱਗਦਾ। ਸੁੱਤਾ ਪਿਆ ਹੁਣ ਇਹਨੇ, ਨੀਂਦਾਂ ਚੜੀਆਂ ਪਈਆਂ, ਹੈ ਨਾ। ਹੁਣ ਇਹਨੇ ਪੂਰੇ ਦਿਨ ਸੁੱਤਾ ਰਹਿਣਾ, ਪੂਰੇ ਦਿਨ ਸੁੱਤਾ ਰਹਿਣਾ। ਹਾਂ, ਉੱਠਦਾ ਰਾਤ ਨੂੰ, ਰਾਤ ਨੂੰ ਉੱਠਦਾ ਹੈ, ਰਾਤ ਨੂੰ ਲਾਉਂਦਾ ਰੌਣਕਾਂ, ਰਾਤ ਨੂੰ ਲਾਉਂਦੇ ਨੇ ਸਾਡੇ ਗੁਰਫਤਿਹ। ਹੁਣ ਵੀ ਇਹ ਜਾਣ ਕੇ ਇਹਨੇ ਸੁੱਤਾ ਰਿਹਾ, ਕੋਈ ਨੀ ਦੇਖਦਾ। ਜਦੀ ਅੱਖਾਂ ਖੋਲੀ ਮੈਂ ਕਿਹਾ ਦਿਖਦਾ ਦਿਖਦਾ, ਫਿਰ ਜਦੀ ਅੱਖਾਂ ਬੰਦ ਕਰ ਲਈ, ਹੁਣ ਵੀ ਖੋਲ ਲਈਆਂ ਜਾਣ ਕੇ। ਉੱਠ ਭਾਈ, ਸ਼ਰਾਰਤ ਸ਼ਰਾਰਤ, ਖੜ ਜੇ ਇਹਨੂੰ ਮੈਂ ਠਾਲਦਾ।
गुरे फतेह उठ खड़ जा उठ खड़ा चाक पिया चाक दे वीडियो बना थोड़ी जी गुरे फतेह उठो भाई देखो दादी आ गई तेरे कोले दादी मां आ गई बाशी लेंदा दादी मां नु दिखाओ ओहो खाना का इनु खा लेंदा तो हर एक चीज हाथ ही मुंह च पौंदा है एक आज बताई आहा गंद हो गई लो जी अपने गुरफते ने ओ रोंदा दिखाने कपड़े चेंज कर ले भुख लगे ही हुण हुण शुशु करता हुण इहनूं भुख लगी है ओ हो कपड़े भी छोने छोने पा ले बदल ले भुख लगी बलजिंदर देख कि करता हाथ छेती मूँह च भी पाए देख मूँह टट दे हाथ पाँगा बिच मूँह एक तो पता नहीं लगता छोटे जे का भी की जराब है की है ना गुरफतेह ओ गुरफतेह रोंदा भी देखे किमें हौली हौली उच्ची उच्ची चक तो चंगेड़ा है कुछ नहीं हों पता ही है हम घर च कि बैठे हाँ हूँ फेर के आईया ने यह पहली फेर के आई बने थक गई मुंडे दी भूआ बैठिया ने किन्निया खुश ने गिया गीत गूत गा लो हुण कोई सांझी साडे भी लाई हुई है हाँ अज मैं ब्लॉग पाना ओदा हाँ दादी आउंदी है थकी पई है हाँ मुंडे का चाचा चाचा पता गुरफते का चाचू चाचा जी बधाइयां छोटे छोटे भांडे है ना ये देख जावांगे आपां पहले तो दही खाया करूगा है ना दूध पिया कर ये गुरफते देने चंगा तू ना खराब कर दी तू ले गई ये छोटे के मैं ले गई हूं देख भाई चांदी के भांडे है ना देखा 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 तू देखा देखा ए मेरे देखो नहीं मैं नहीं खाती खाता कब तेरी नेड़े चलो दो आगे देखो साडा गुरफते चलते है घरे हूं आप बहुत मिलने पा तुम खुद ही लिया।
हरमन तू सा बाग चलो आंटी जी आप जाए गुरप्रीत नूं देखिया है ना सागन दे छोटे छोटे बच्चे बहुत वधिया लगते हैं क्यूट जे लगते ने। मैं सोनू कहता सत्त दिन का हो गया मैं पता नहीं थी नौ दिन का हो गया मैं भुल गई अज दीदी कहते भी नौ दिन का हो गया नौ दिन का निम्मू बने। चलो जी आप वीडियो का एंड भी इत्थी करते हैं जे साडे चैनल ते नवें हो तो प्लीज़ सबसक्राइब जरूर करो वीडियो लाइक कमेंट शेयर करो जी सारयां नूं जी प्यार भरी सत श्री अकाल जय जवान जय किसान।